ਬਾਬਾ ਜੀ ਹਸਬੇ ਵਾਦਾ ਮੈਂ ਤੁਹਾਨੂੰ ਨਾਲ ਵਾਦਾ ਕੀਤਾ ਕਿ ਮੈਂ ਤੁਹਾਨੂੰ ਕੋਈ ਨਾ ਕੋਈ ਰੋਜ਼ ਨਹੀਂ ਕੋਈ ਚੀਜ਼ ਦਿਖਾਵਾਂਗਾ ਅਤੇ ਅੱਜ ਮੈਂ ਤੁਹਾਨੂੰ ਸਿੱਖ ਰਾਜ ਦੇ ਸ਼ੁਰੂ ਹੋਣ ਤੋਂ ਲੈ ਕੇ ਸਿੱਖ ਰਾਜ ਦੇ ਖਤਮ ਹੋਣ ਤੱਕ ਜਿਹੜੀ ਤਮਾਮ ਸਟੋਰੀ ਜਿਹੜੀ ਹੈ ਉਹਦੇ ਮੁਤਲਕ ਹਲਕਾ ਹਲਕਾ ਜਿਹੜਾ ਮੈਂ ਦੱਸਦਾ ਜਾਵਾਂ ਆਓ ਸਰ ਇਹ ਨਿਸ਼ਾਨੀ ਹੈ ਸਿੱਖ ਰਾਜ ਦੀ ਆਖਰੀ 1848 19 ਅਪ੍ਰੈਲ ਦੇ ਵਿੱਚ 1848 ਦੇ ਵਿੱਚ 19 ਅਪ੍ਰੈਲ ਨੂੰ ਜਦੋਂ ਸਿੱਖ ਰਾਜ ਦਾ ਖਾਤਮਾ ਹੁੰਦਾ ਔਰ ਫਾਈਨਲੀ ਜਿਹੜੀ ਵਾਰ ਹੈ ਸਿੱਖ ਔਰ ਬ੍ਰਿਟਿਸ਼ ਦੇ ਦਰਮਿਆਨ ਹੁੰਦੀ ਹੈ ਬ੍ਰਿਟਿਸ਼ ਰਾਜ ਦੇ ਬਾਅਦ 1848 ਤੋਂ ਬਾਅਦ ਜਦੋਂ ਇਹ ਵਾਰ ਖਤਮ ਹੁੰਦੀ ਹੈ ਅਤੇ ਉਸ ਤੋਂ ਬਾਅਦ ਜਿਹੜਾ ਹੈ ਮੁਕੰਮਲ ਤੌਰ 'ਤੇ ਬ੍ਰਿਟਿਸ਼ ਰਾਜ ਆ ਜਾਂਦਾ ਔਰ ਮੈਂ ਵੀ ਡਿਟੇਲਸ ਲੈ ਇਹ ਕੁਛ ਯਾਦਗਾਰਾਂ ਨੇ ਐਂਗਲੋ ਸਿੱਖ ਵਾਰ ਯਾਨੀ ਕਿ ਬ੍ਰਿਟਿਸ਼ ਵਾਰ ਔਰ ਸਿੱਖ ਵਾਰ ਦੀਆਂ ਜਿਹੜੀ ਕਿ ਲਾਸਟ ਡਾਇਨੈਸਟੀ ਸੀ ਇਸ ਵੇਲੇ ਮੈਂ ਖਲੋਤਾ ਹੋਇਆ ਮੁਲਤਾਨ ਕਿਲ੍ਹੇ ਦੇ ਵਿੱਚ ਜਿਹੜਾ ਕਿ 1818 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਨੇ ਖੜਕ ਸਿੰਘ ਨੇ ਨਵਾਬ ਮੁਜ਼ੱਫਰ ਔਰ ਖਾਨ ਸਦੋਜ਼ੋਈ ਕੋਲੋਂ ਜਿਹੜਾ ਹੈ 1818 ਦੇ ਵਿੱਚ ਕੈਪਚਰ ਕੀਤਾ ਪਹਿਲੇ ਤਾਂ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਨਵਾਬ ਜਿਹੜਾ ਕਿਲ੍ਹੇ ਦਾ ਕੰਟਰੋਲ ਉਹਨਾਂ ਦੇ ਹਵਾਲੇ ਕਰ ਦੇਵੇ ਲੇਕਿਨ ਨਵਾਬ ਔਫ ਮੁਜ਼ੱਫਰ ਨੇ ਉਹਨਾਂ ਨੂੰ ਜਿਹੜਾ ਕਿਲ੍ਹੇ ਦਾ ਜਿਹੜਾ ਚਾਰਜ ਉਹਨਾਂ ਨੂੰ ਨਹੀਂ ਦਿੱਤਾ ਔਰ ਉਸ ਤੋਂ ਬਾਅਦ ਮਜਬੂਰਤਨ ਫਿਰ ਇੱਥੇ ਜੰਗ ਹੋਈ ਔਰ ਇਹਦੇ 'ਚ ਦੱਸਣਾ ਇੱਕ ਗੱਲ ਮੈਂ ਬਹੁਤ ਜ਼ਿਆਦਾ ਜ਼ਰੂਰੀ ਸਮਝਾਂਗਾ ਕਿ ਇਹ ਜਿਹੜਾ ਕੈਪਟਨ ਮੋਨੂਮੈਂਟਸ ਨਜ਼ਰ ਆ ਰਹੇ ਨੇ ਇੱਕ ਹੈ ਦੋ ਹੈ ਔਰ ਤੀਸਰਾ ਮੋਨੂਮੈਂਟ ਜਿਹੜਾ ਹੈ ਹੈਲੋ ਮੈਂ ਤੁਹਾਨੂੰ ਦੱਸਦਾ ਚੱਲਣਾ ਵਾਂ ਹੈਲੋ ਅਸਲਾਮ ਵਾਲੇਕੁਮ ਹਾਂਜੀ ਇਹ ਪਹਿਲਾ ਮੋਨੂਮੈਂਟ ਹੈ ਇਹ ਦੂਸਰਾ ਮੋਨੂਮੈਂਟ ਹੈ ਔਰ ਉਸ ਤੋਂ ਬਾਅਦ ਇਹ ਤੀਸਰਾ ਮੋਨੂਮੈਂਟ ਹੈ ਦੋ ਗ੍ਰੇਵਸ ਨੇ ਔਰ ਹੈ ਘੋੜੇ ਦੀ ਯਾਦਗਾਰ ਹੈ ਕਿਸੇ ਇਨਸਾਨ ਦੀ ਯਾਦਗਾਰ ਨਹੀਂ ਹੈ ਆਪਣੇ ਘੋੜਿਆਂ ਵਾਸਤੇ ਵੀ ਬਣਾਇਆ ਜਾ ਸਕਦਾ ਲੇਕਿਨ ਜਿੱਥੇ ਲੱਖਾਂ ਇਨਸਾਨਾਂ ਦੀ ਜਾਨ ਗਈ ਹੈ ਉਹਦੇ ਵਾਸਤੇ ਕੋਈ ਮੋਨੂਮੈਂਟ ਨਹੀਂ ਹੈ ਇਹ ਯਾਦਗਾਰ ਹੈ ਜਿਸ ਤਰ੍ਹਾਂ ਮੈਂ ਸੈਕਿੰਡ ਔਰ ਫਸਟ ਸਿੱਖ ਐਂਗਲੋ ਵਾਰ ਔਰ ਸੈਕਿੰਡ ਐਂਗਲੋ ਵਾਰ ਦੇ ਮੁਤਲਕ ਜਿਹੜਾ ਮੈਂ ਮੋਨੂਮੈਂਟ ਤੁਹਾਨੂੰ ਦਿਖਾ ਚੁੱਕਿਆ ਚੇਲਿਆਂ ਵਾਲੀ ਔਰ ਉਸ ਤੋਂ ਬਾਅਦ ਜਿਹੜਾ ਸੀ ਸਿੱਖ ਐਂਗਲੋ ਵਾਰ ਵਨ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲਸ ਦੇ ਕੋਲ ਇਸ ਵਾਰ ਦੀਆਂ ਪੂਰੀਆਂ ਡਿਟੇਲਸ ਨੇ ਇਹਦੇ 'ਤੇ ਬੜੇ ਵਾਜ਼ੇ ਤੌਰ ਦੇ ਉੱਤੇ ਲਿਖਿਆ ਕਿ 19 ਅਪ੍ਰੈਲ 1848 ਦੇ ਵਿੱਚ ਜਿਹੜਾ ਹੈ ਸਿੱਖ ਰਾਜ ਦਾ ਮੁਕੰਮਲ ਖਾਤਮਾ ਹੋ ਜਾਂਦਾ ਔਰ ਕੋਲੋਨੀਅਲ ਪੀਰੀਅਡ ਸ਼ੁਰੂ ਹੋ ਜਾਂਦਾ ਔਰ ਬ੍ਰਿਟਿਸ਼ ਜਿਹੜੇ ਨੇ ਪੰਜਾਬ ਦੇ ਉੱਤੇ ਹਮੇਸ਼ਾ ਹਮੇਸ਼ਾ ਲਈ ਕਾਬਜ਼ ਹੋ ਜਾਂਦੇ ਨੇ 1947 ਤੱਕ ਦੱਸਣ ਵਾਲੀ ਗੱਲ ਗੋਦ ਦੀ ਹੈ ਵੇ ਕਿ 1801 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਬੁਲਵਾਇਆ ਜਾਂਦਾ ਹੈ ਗੁਜਰਾਂ ਵਾਲੇ ਤੋਂ ਉਹ ਲਾਹੌਰ ਆਉਂਦੇ ਨੇ ਲਾਹੌਰ ਦਾ ਇੱਕ ਦਰਵਾਜ਼ਾ ਪਾਟੀ ਦਰਵਾਜ਼ਾ ਜਿਹਨੂੰ ਕਿਹਾ ਜਾਂਦਾ ਉਹ ਖੁੱਲ੍ਹਾ ਰੱਖਿਆ ਜਾਂਦਾ ਹੈ ਤਾਂ ਕਿ ਮਹਾਰਾਜਾ ਰਣਜੀਤ ਸਿੰਘ ਜਿਹੜਾ ਲਾਹੌਰ ਦੇ ਵਿੱਚ ਆਸਾਨੀ ਦੇ ਨਾਲ ਚੜ੍ਹਾਈ ਕਰ ਸਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈ ਉਹ ਲਾਹੌਰ ਦੇ ਵਿੱਚ ਚੜ੍ਹਾਈ ਕਰਦਾ ਹੈ ਔਰ ਬਗੈਰ ਕਿਸੇ ਖੋਫੋ ਖਤਰ ਦੇ ਉਹਨੂੰ ਲਾਹੌਰ ਦੀ ਜਿਹੜੀ ਤਖਤ ਹੈ ਉਹ ਮਿਲ ਜਾਂਦਾ ਹੈ ਔਰ ਬੜੇ ਸੋਹਣੇ ਤਰੀਕੇ ਨਾਲ ਪੰਜਾਬ ਦੇ ਵਿੱਚ ਜਾਂ ਲਾਹੌਰ ਦੇ ਅੰਦਰ ਜਿਹੜਾ ਹੈ ਉਹ ਰਾਜ ਸ਼ੁਰੂ ਹੋ ਜਾਂਦਾ ਹੈ ਸਿੱਖ ਰਾਜ ਸ਼ੁਰੂ ਹੋ ਜਾਂਦਾ ਔਰ ਜਿਹੜੀ ਹੈ ਕਿ ਸਨ ਆਫ ਦੀ ਸੋਇਲ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਪੋਰਸ ਤੋਂ ਬਾਅਦ ਜਿਹੜਾ ਦੂਸਰਾ ਰਾਜਾ ਹੈ ਜਿਹੜਾ ਕਿ ਸਨ ਆਫ ਦੀ ਸੋਇਲ ਸੀ ਉਹ ਇੱਥੇ ਉਹਨੇ ਜਿਹੜਾ ਪੰਜਾਬ ਦੇ ਉੱਤੇ ਪੂਰੇ ਪੰਜਾਬ ਦੇ ਉੱਤੇ ਜਿਹੜਾ ਹੈ ਉਹ ਰਾਜ ਕੀਤਾ ਔਰ ਪੰਜਾਬੀ ਰਾਜ ਜਿਹੜਾ ਹੈ ਅਸੀਂ ਉਹਨੂੰ ਪੰਜਾਬੀ ਰਾਜ ਕਹਾਂਗੇ ਔਰ ਜ਼ਰੂਰੀ ਨਹੀਂ ਹੈ ਕਿ ਵੀ ਉਹਨੂੰ ਚਾਹੇ ਉਹ ਕਿਸੇ ਧਰਮ ਨਾਲ ਸੀ ਲੇਕਿਨ ਸਨ ਆਫ ਦੀ ਸੋਇਲ ਸੀ ਮੈਂ ਪੰਜਾਬੀ ਹੋਣ ਦੇ ਨਾਤੇ ਮੈਂ ਮਹਾਰਾਜਾ ਨੂੰ ਸਲੂਟ ਕਰਨਾ ਵਾਂ ਮੈਂ ਪੋਰਸ ਨੂੰ ਸਲੂਟ ਕਰਨਾ ਵਾਂ ਜਿਹੜੇ ਦੋ ਇਸ ਮਿੱਟੀ ਦੇ ਰਾਜੇ ਸਨ ਜਿਨ੍ਹਾਂ ਨੇ ਬਿਲਾ ਖੋਫੋ ਖਤਰ
ਪੰਜਾਬ ਦੇ ਉੱਤੇ ਜਿਹੜਾ ਦੂਸਰਿਆਂ ਦੀ ਜਿਹੜੀ ਹੈ ਉਹ ਅੱਤਗਰਦੀ ਨੂੰ ਨਹੀਂ ਮੰਨਿਆ ਔਰ ਪੰਜਾਬ ਦੇ ਉੱਤੇ ਜਿਹੜਾ ਪੰਜਾਬੀ ਪੁੱਤਰਾਂ ਨੇ ਜਿਹੜਾ ਕਬਜ਼ਾ ਕੀਤਾ ਔਰ ਪੰਜਾਬ ਨੂੰ ਪੰਜਾਬ ਕਹਿਲਾਉਣ ਦਾ ਹੱਕ ਮਿਲਿਆ। 1801 ਦੇ ਵਿੱਚ ਜਦੋਂ ਮਹਾਰਾਜਾ ਲਾਹੌਰ 'ਤੇ ਤਖ਼ਤ ਕਬਜ਼ਾ ਕਰਦਾ ਅਤੇ 10 ਸਾਲ ਲੱਗ ਜਾਂਦੇ ਨੇ ਪੂਰੇ ਪੰਜਾਬ ਦੀ ਬਾਉਂਡਰੀਜ਼ ਨੂੰ ਇਕੱਠਿਆਂ ਕਰਦਿਆਂ ਹੋਇਆਂ 5 ਦਰਿਆਵਾਂ ਦੇ ਵਿੱਚ ਜਿਹੜੀ ਸਰਜ਼ਮੀਨ ਸੀ ਉਹਨੂੰ ਇਕੱਠਿਆਂ ਕਰਦਿਆਂ ਹੋਇਆਂ ਉਹਦੇ ਉੱਤੇ ਪੰਜਾਬ ਪੰਜਾਬੀਆਂ ਦਾ ਰਾਜ ਪੂਰਾ ਕਰਨ ਵਾਸਤੇ ਮਹਾਰਾਜ ਨੇ ਬਹੁਤ ਜ਼ਿਆਦਾ ਸਾਰੇ ਕੰਮ ਕੀਤੇ। ਜਦੋਂ ਪੰਜਾਬ ਦੀਆਂ ਬਾਉਂਡਰੀਜ਼ ਜਦੋਂ ਮਜ਼ਬੂਤ ਹੋ ਗਈਆਂ ਤਾਂ ਫਿਰ ਉਹਦੇ ਤੋਂ ਸਭ ਤੋਂ ਪਹਿਲੇ ਜਿਹੜੀ ਗੱਲ ਸੀ ਉਹ ਇਹ ਚੀਜ਼ ਤੰਗ ਕਰ ਰਹੀ ਸੀ ਕਿ ਨੌਰਥ ਤੋਂ ਵੈਸਟ ਤੋਂ ਵਾਰ ਵਾਰ ਜਿਹੜੀਆਂ ਐਕਸਪੈਂਸ਼ਨਸ ਹੋ ਰਹੀਆਂ ਸਨ ਜਾਂ ਹਮਲਾਵਰ ਆਉਂਦੇ ਸਨ ਇਨਵੈਡਰਸ ਆਉਂਦੇ ਸਨ ਉਹ ਵਾਰ ਵਾਰ ਹਮਲਾ ਅੱਗੇ ਕਰਦੇ ਸਨ ਤਾਂ ਕਿ ਪੰਜਾਬ ਨੂੰ ਕਿਸੇ ਤਰੀਕੇ ਨਾਲ ਜਿਹੜਾ ਕਬਜ਼ਾ ਕੀਤਾ ਜਾਏ ਕਿਉਂਕਿ ਤਖ਼ਤ ਲਾਹੌਰ ਦੇ ਉੱਤੇ ਜਿਹਦਾ ਕਬਜ਼ਾ ਹੁੰਦਾ ਸੀ ਜਾਂ ਦਿੱਲੀ ਦੇ ਉੱਤੇ ਹੁੰਦਾ ਸੀ ਅਤੇ ਉਹਦਾ ਸਾਰੇ ਸਬ ਕੌਂਟੀਨੈਂਟ 'ਤੇ ਹੁੰਦਾ ਸੀ ਪੂਰੇ ਬਰੇ ਸਗੀਰ ਦੇ ਉੱਤੇ ਸਾਰਾ ਪੂਰਾ ਉਹਦਾ ਹੁੰਦਾ ਸੀ ਔਰ ਮਹਾਨ ਇੰਡੀਆ ਜਾਂ ਮਹਾਂਭਾਰਤ ਦੇ ਉੱਤੇ ਜਿਹੜਾ ਸੀ ਉਹ ਕਬਜ਼ਾ ਕਰਨਾ ਆਸਾਨ ਹੁੰਦਾ ਸੀ ਸਿਰਫ਼ 2 ਤਖ਼ਤ ਜਿਹੜੇ ਨੇ ਉਹਨਾਂ ਨੂੰ ਲੈ ਕੇ। 2 ਤਖ਼ਤਿਆਂ ਨੂੰ ਜਦੋਂ ਕਾਬੂ ਕਰ ਲਿਆ ਜਾਂਦਾ ਸੀ ਤਾਂ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੈਜ਼ਿਸਟੈਂਸ ਜਿਹੜੀ ਸੀ ਉਹ ਸਾਹਮਣੇ ਨਹੀਂ ਸੀ ਆਉਂਦੀ। ਪਹਿਲਾ ਤਖ਼ਤ ਲਾਹੌਰ ਔਰ ਦੂਜਾ ਤਖ਼ਤ ਦਿੱਲੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ 1810 ਦੇ ਵਿੱਚ ਜਿਹੜਾ ਨਵਾਬ ਹੈ ਇੱਥੇ ਦਾ ਜਾਂ ਸਟੇਟ ਦਾ ਮਾਲਕ ਸੀ ਨਵਾਬ ਮੁਜ਼ੱਫਰ ਅਲੀ ਖਾਨ ਸਦਜ਼ੋਈ ਨੂੰ ਉਹਨਾਂ ਨੇ ਕਿਹਾ ਕਿ ਬਈ ਤੂੰ ਪੰਜਾਬ ਦੇ ਨਾਲ ਇਲਾਕ ਕਰ ਔਰ ਜਿਹੜਾ ਹੈ ਕਾਬਲ ਸਰਕਾਰ ਦੇ ਨਾਲ ਜਿਹੜਾ ਨਾ ਆਪਣਾ ਰਾਬਤਾ ਖਤਮ ਕਰ ਦੇ। ਲੇਕਿਨ ਉਹ ਵਾਰ ਵਾਰ ਕਹਿਣ ਦੇ ਬਾਵਜੂਦ ਕਾਬਲ ਤੋਂ ਪੰਜਾਬ ਦੇ ਵਿੱਚ ਮੁਦਾਖਲਤ ਜਿਹੜੀ ਸੀ ਉਹ ਵਾਰ ਵਾਰ ਹੁੰਦੀ ਸੀ ਇਸ ਵਾਸਤੇ ਹੁੰਦੀ ਸੀ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਉਹ ਖਿੱਤਾ ਸੀ ਜਿਹਦੇ ਵਿੱਚ ਤਮਾਮ ਚੀਜ਼ਾਂ ਉਹ ਅਵੇਲੇਬਲ ਸਨ ਤਮਾਮ ਉਹ ਸਾਰਾ ਕੁਝ ਅਵੇਲੇਬਲ ਸੀ ਕਿ ਜਿਹਨੂੰ ਹਰ ਕੋਈ ਦੇਖੋ ਤੁਸੀਂ ਅਲੈਗਜ਼ੈਂਡਰ ਤੋਂ ਲੈ ਕੇ ਅਤੇ ਅਬਦਾਲੀ ਤੱਕ ਹਰ ਬੰਦੇ ਨੇ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਨੂੰ ਮੈਂ ਕਵਰ ਕਰਾਂ ਪੰਜਾਬ ਦੇ ਉੱਤੇ ਮੈਂ ਕਬਜ਼ਾ ਕਰ ਲਵਾਂ ਤਾਂ ਕਿ ਪੰਜਾਬ ਦੇ ਪੂਰੇ ਸੋਰਸਿਸ ਅਸਲ ਵਿੱਚ ਗੱਲ ਤਾਂ ਸਾਰੀ ਸੀ ਸੋਰਸਿਸ ਦੀ ਨੈਚੁਰਲ ਰਿਸੋਰਸਿਸ ਪੰਜਾਬ ਕੋਲ ਜਿੰਨੇ ਪੰਜਾਬ ਸੋਰਸਿਸ ਸਨ ਕਿਸੇ ਕੋਲ ਸੋਰਸਿਸ ਨਹੀਂ ਸਨ। ਇਸ ਵਾਸਤੇ ਜਿਹਦਾ ਵੀ ਦਿਲ ਕਰਦਾ ਸੀ ਉਹ ਸੈਲੇ ਪਹਿਲੇ ਆ ਕੇ ਪੰਜਾਬ ਨੂੰ ਤਹਿਸ ਨਹਿਸ ਕਰਦਾ ਸੀ ਤਖ਼ਤ ਲਾਹੌਰ ਨੂੰ ਲੁੱਟਦਾ ਸੀ ਔਰ ਉਸ ਤੋਂ ਬਾਅਦ ਦਿੱਲੀ ਹਲ ਜਾਂਦਾ ਸੀ ਅਤੇ ਤਮਾਮ ਹਿੰਦੁਸਤਾਨ 'ਤੇ ਕਬਜ਼ਾ ਕਰ ਲੈਂਦਾ ਸੀ। ਸਬਕਤਗੀਨ ਆਇਆ, ਗਜ਼ਨਵੀ ਆਇਆ, ਸ਼ਾਹਬੂਦੀਨ ਗੋਰੀ ਆਇਆ, ਬਾਬਰ ਆਇਆ, ਦੇਖੋ ਸਾਰਿਆਂ ਦਾ ਤੁਸੀਂ ਦੇਖੋ ਤਾਂ ਮਕਸਦ ਸਾਰਿਆਂ ਦਾ ਇੱਕ ਹੀ ਸੀ ਜਿਹੜਾ ਆਉਂਦਾ ਸੀ ਪਹਿਲੇ ਤਖ਼ਤ ਲਾਹੌਰ ਨੂੰ ਕਬਜ਼ਾ ਕੀਤਾ ਔਰ ਉਸ ਤੋਂ ਬਾਅਦ ਲੁੱਟ ਪੁੱਟ ਕੇ ਜਨਾਬੇ ਅਲੀ ਦਿੱਲੀ ਨੂੰ ਗਏ ਔਰ ਪੂਰਾ ਪੰਜਾਬ ਜਿਹੜਾ ਆਪਣੇ ਕਾਬੂ ਦੇ ਵਿੱਚ ਕੀਤਾ। 1810 ਦੇ ਵਿੱਚ ਜਦੋਂ ਨਵਾਬ ਮੁਜ਼ੱਫਰ ਨੂੰ ਪਤਾ ਲੱਗਾ ਕਿ ਵੀ ਪੰਜਾਬ ਦੇ ਜਿਹੜਾ ਨਾ ਸਿੱਖ ਰਾਜ ਜਿਹੜਾ ਬਹੁਤ ਪਾਵਰਫੁੱਲ ਹੋ ਰਿਹਾ ਅਤੇ ਫਿਰ ਉਹਨੇ ਫੈਸਲਾ ਕੀਤਾ ਕਿ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਦੋਸਤੀ ਦਾ ਹੱਥ ਵਧਾ ਕੇ ਅਤੇ ਆਪਣੀ ਸਟੇਟ ਨੂੰ ਜਿਹੜਾ ਉਹ ਸੇਵ ਕਰਨ ਦੀ ਕੋਸ਼ਿਸ਼ ਕੀਤੀ ਅਤੇ 6000 ਜਿਹੜੀ ਹੈ ਟੈਕਸ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਦੇਣਾ ਸ਼ੁਰੂ ਕੀਤਾ। ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੁਝ ਤਲਕਾਤ ਦਾ ਪਤਾ ਸੀ ਕਿ ਵੀ ਕਾਬਲ ਸਟੇਟ ਦੇ ਨਾਲ ਜਿਹੜੇ ਨੇ ਉਹ ਇਹਨਾਂ ਦੇ ਤਲਕਾਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਚੱਲ ਰਹੇ ਨੇ ਤਾਂ ਇਸ ਲਈ ਉਹ ਉਸ ਚੀਜ਼ ਤੋਂ ਵੀ ਬਾਵਰ ਸਨ ਕਿਉਂਕਿ ਜਿੰਨੇ ਵੀ ਹਮਲਾਵਰ ਆਏ ਨੇ ਉਹ ਸਾਰੇ ਕਾਬਲ ਦੇ ਰਸਤੇ ਔਰ ਅਫਗਾਨਿਸਤਾਨ ਦੇ ਰਸਤੇ ਜਿਹੜੇ ਨੇ ਪੰਜਾਬ ਦੇ ਵਿੱਚ ਦਾਖਲ ਹੋਏ ਨੇ। ਫਿਰ ਤੁਸੀਂ ਇਹ ਦੇਖੋ ਕਿ ਵੀ 1812 ਦੇ ਵਿੱਚ ਵੀ ਇੱਕ ਵਾਰੀ ਜਿਹੜਾ ਨਾ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਹੈ ਉਹ ਟਰਾਈ ਕੀਤੀ ਇਹਦੇ ਰਾਨ ਦੀ, ਫਿਰ 1814 ਦੇ ਵਿੱਚ ਵੀ ਟਰਾਈ ਕੀਤੀ ਹੈ, ਲੇਕਿਨ ਬਿਲ ਆਖਿਰ 1818 ਦੇ ਵਿੱਚ ਜਦੋਂ ਨਵਾਬ ਮੁਜ਼ੱਫਰ ਖਾਨ ਨੇ ਮਤਲਬ ਕਿ 60000 ਦਾ ਵਾਅਦਾ ਕੀਤਾ ਗਿਆ ਕਿ 60000 ਸਲਾਨਾ ਜਿਹੜਾ ਟੈਕਸ ਜਿਹੜਾ ਗੌਰਮੈਂਟ ਆਫ ਪੰਜਾਬ ਯਾਨੀ ਕਿ ਤਖ਼ਤ ਲਾਹੌਰ ਨੂੰ ਜਿਹੜਾ ਦਿੱਤਾ ਜਾਏ ਇਹ ਉਹ ਜਗ੍ਹਾ ਹੈ ਇਹ ਉਹ ਸਾਈਡ ਹੈ ਜਿੱਥੋਂ ਮੁਲਤਾਨ ਦੇ ਵਿੱਚ ਜਿਹੜਾ ਮਹਾਰਾਜਾ ਖੜਕ ਸਿੰਘ ਦੀ ਫੌਜ ਜਿਹੜੀ ਹੈ ਉਹ ਭੰਗੀਆਂ ਵਾਲੀ ਤੋਪ ਲੈ ਕੇ ਜ਼ਮਜ਼ਮਾ ਤੋਪ ਲੈ ਕੇ ਇਸ ਪਾਸੋਂ ਜਿਹੜਾ ਅਟੈਕ ਕੀਤਾ ਔਰ ਇਹਨੂੰ ਜਿਹੜਾ ਉਹ ਕਿਲੇ ਨੂੰ ਫਤਿਹ ਕਰ ਲਿੱਤਾ ਔਰ ਨਵਾਬ ਮੁਜ਼ੱਫਰ ਅਲੀ ਖਾਨ ਸ਼ਦੀਦ ਜ਼ਖਮੀ ਹੋ ਗਿਆ ਇਸ ਲੜਾਈ ਦੇ ਵਿੱਚ ਔਰ ਉਹਦਾ ਬੇਟਾ ਵੀ ਸ਼ਦੀਦ ਜ਼ਖਮੀ ਹੋ ਗਿਆ। ਇਸ ਤਰ੍ਹਾਂ 1818 ਦੇ ਵਿੱਚ ਫਾਈਨਲੀ ਫਰਵਰੀ 1818 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਉਹ ਸਟੇਟ ਜਿਹੜੀ ਐਕਸਟੈਂਡ ਕਰਕੇ ਐਕਸਪੈਂਸ਼ਨਸ ਕਰਕੇ ਇੱਥੇ ਪਹੁੰਚ ਗਈ ਮੁਲਤਾਨ ਤੱਕ ਔਰ ਮੁਲਤਾਨ ਦਾ ਕਿਲ੍ਹਾ ਫਤਿਹ ਹੋ ਜਾਂਦਾ ਹੈ ਔਰ ਇਹ ਸਿੱਖ ਰਾਜ ਦਾ ਹਿੱਸਾ ਬਣਦਾ ਹੈ। ਸਨ ਆਫ ਦੀ ਸੋਇਲ ਜਿਹੜਾ ਉਹ ਐਕਸਪੈਂਸ਼ਨਸ ਕਰਦਾ ਹੋਇਆ ਮੁਲਤਾਨ ਤੱਕ ਆ ਜਾਂਦਾ ਮਹਾਰਾਜਾ ਖੜਕ ਸਿੰਘ ਜਦੋਂ ਨਵਾਬ ਆਫ ਮੁਲਤਾਨ ਨੂੰ ਸ਼ਿਕਸਤ ਦੇ ਕੇ ਮੁਲਤਾਨ ਦੇ ਕਿਲ੍ਹੇ ਦੇ ਉੱਤੇ ਆਪਣੇ ਕਬਜ਼ਾ ਜਮਾ ਲੈਂਦਾ ਔਰ ਪੰਜਾਬ ਦੇ ਅੰਡਰ ਜਿਹੜੇ ਉਹ ਸਟੇਟ ਜਿਹੜੀ ਹੈ ਉਹ ਸ਼ਾਮਿਲ ਹੋ ਜਾਂਦੀ ਹੈ ਔਰ ਸਟੇਟ ਜਦੋਂ ਸ਼ਾਮਿਲ ਹੋ ਜਾਂਦੀ ਹੈ
ਤੇ ਕੰਪਲੀਟ ਸਾਊਥ ਪੰਜਾਬ ਜਿਹੜਾ ਹੈ ਉਹ ਸਿੱਖ ਰਾਜ ਦੇ ਅੰਡਰ ਆ ਜਾਂਦਾ ਹੈ। ਸਿੱਖ ਰਾਜ ਦੇ 1818 ਤੋਂ ਲੈ ਕੇ ਉਸ ਤੋਂ ਬਾਅਦ 1848 ਤੱਕ ਕਿਸੇ ਨਾ ਕਿਸੇ ਸੂਰਤ ਦੇ ਉੱਤੇ ਪੰਜਾਬੀ ਰਾਜ ਜਿਹੜਾ ਸੀ ਇੱਥੇ ਕਾਇਮ ਸੀ। ਔਰ ਇਹ ਸਾਰੀ ਜਿਹੜੀ ਜਿੰਨਾ ਵੀ ਏਰੀਆ ਸੀ, ਇਸ ਵੇਲੇ ਇਹ ਮੁਲਤਾਨ ਕਿਲ੍ਹੇ ਦੇ ਅੰਦਰ ਦਾ ਮੰਜ਼ਰ ਹੈ, ਇੱਥੇ ਕਿਸੇ ਨਾ ਕਿਸੇ ਸੂਰਤ 'ਤੇ ਪੰਜਾਬੀ ਗੌਰਮੈਂਟ ਜਿਹੜੀ ਸੀ ਕਾਇਮ ਸੀ। ਫਿਰ ਉਸ ਤੋਂ ਬਾਅਦ ਜਿਹੜੀ ਹੈ ਸਿੱਖ ਐਂਗਲੋ ਵਾਰ 1, ਸਿੱਖ ਐਂਗਲੋ ਵਾਰ 2 ਔਰ 3, 3rd ਤੋਂ ਬਾਅਦ ਜਿਹੜਾ ਇਹ ਫਾਈਨਲੀ ਜਿਹੜੀ ਹੈ ਜਿਹੜੀ ਵਾਰ ਹੋਈ, ਇਹਦੇ ਵਿੱਚ ਉਹਨਾਂ ਸਿੱਖ ਨੂੰ ਸਿੱਖ ਪੀਰੀਅਡ ਜਿਹੜਾ ਉਹ ਹਮੇਸ਼ਾ ਵਾਸਤੇ ਖਤਮ ਹੋ ਗਿਆ। ਔਰ ਸਿੱਖ ਰਾਜ ਜਾਂ ਖਾਲਸਾ ਰਾਜ ਜਿਹੜਾ ਸੀ ਉਹ 1848-19 April ਨੂੰ ਇੱਥੇ ਇਹੀ ਜਿਹੜਾ ਮਹੀਨਾ ਅੱਗੇ ਆ ਰਿਹਾ ਇਹਦੇ ਵਿੱਚ 1848 ਦੇ ਵਿੱਚ ਜਿਹੜਾ ਸਿੱਖ ਰਾਜ ਹਮੇਸ਼ਾ ਹਮੇਸ਼ਾ ਵਾਸਤੇ ਖਤਮ ਹੋ ਜਾਂਦਾ ਹੈ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ ਦੇ ਨਾਲ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ ਪੰਜਾਬ ਪੇਜ, ਐਂਡ ਇਹ ਹੈ ਮੇਰਾ ਪਾਕਿਸਤਾਨ ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਅੱਜ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਲਾਸਟ ਫੁੱਟ ਸਟੈਪ ਆਫ ਦੀ ਸਿੱਖ ਪੀਰੀਅਡ ਮੁਲਤਾਨ ਕਿਲ੍ਹੇ ਦੇ ਵਿੱਚ, ਜਿੱਥੇ ਫਾਈਨਲੀ ਜਿਹੜੀ ਕਿ ਤਖ਼ਤ ਜਿਹੜਾ ਸੀ ਪੰਜਾਬ ਦਾ ਤਖ਼ਤ ਪੁੱਟਿਆ ਗਿਆ, ਔਰ ਜਿੱਥੇ ਬ੍ਰਿਟਿਸ਼ਰ ਜਿਹੜੇ ਨੇ ਸਾਡੇ ਸਿਰ 'ਤੇ ਆ ਕੇ ਬੈਠ ਕੇ ਕੋਲੋਨੀਅਲ ਪੀਰੀਅਡ ਸ਼ੁਰੂ ਹੋ ਗਿਆ, ਔਰ ਪੰਜਾਬੀ ਰਾਜ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਗਿਆ। ਸਨ ਆਫ ਦੀ ਸਾਇਲ ਦੁਬਾਰਾ ਉਸ ਤੋਂ ਬਾਅਦ ਕੋਈ ਨਾ ਪੈਦਾ ਹੋਇਆ। ਪਹਿਲਾ ਰਾਜਾ ਪੋਰਸ, ਦੂਜਾ ਰਾਜਾ ਰਣਜੀਤ ਸਿੰਘ, ਔਰ ਤੀਸਰਾ ਮਾਂ ਨੇ ਕੋਈ ਐਸਾ ਲਾਲ ਨਹੀਂ ਜੰਮਿਆ ਜਿਹਨੇ ਗ੍ਰੇਟਰ ਪੰਜਾਬ ਦੇ ਉੱਤੇ ਹਕੂਮਤ ਕੀਤੀ ਹੋਵੇ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਦੀ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ।